ਬਾਦਲਾਂ ਨੂੰ ਵੀ ਭੰਡਦੇ ਰਹੇ, ਕੈਪਟਨ ਕਿਆਂ ਨੂੰ ਵੀ ਭੰਡਦੇ ਰਹੇ ਤੇ ਅੱਜ ਆਮ ਆਦਮੀ ਦੀ ਸਰਕਾਰ ਹੈ, ਅਸੀਂ ਵਿਰੋਧ ਮੁੱਦਿਆਂ ਦੀ ਕਰਦੇ ਹਾਂ ਜਿੱਥੇ ਮੁੱਦਿਆਂ ਦੀ ਗੱਲ ਹੁੰਦੀ ਹੈ, ਆਪਾਂ ਪਿੱਛੇ ਹਟਣ ਵਾਲੇ ਨਹੀਂ ਆ। ਕਿਉਂਕਿ ਨਾ ਤਾਂ ਆਪਾਂ ਨੂੰ ਕੋਈ ਇਹ ਲਾਲਚ ਹੈ ਕਿ ਆਪਾਂ ਕੋਈ ਅਹੁਦਾ ਲੈਣਾ, ਨਾ ਇਹ ਲਾਲਚ ਹੈ ਕਿ ਮੇਰੀ ਕੋਈ ਚੌਧਰ ਚੱਲੇ, ਨਾ ਇਹ ਲਾਲਚ ਹੈ ਕਿ ਮੇਰਾ ਕੋਈ ਬਿਜ਼ਨਸ ਖੜ ਜੂਗਾ, ਤੇ ਨਾ ਇਹ ਲਾਲਚ ਹੈ ਕਿ ਲੋਕ ਮੈਨੂੰ ਸਲੂਟ ਮਾਰਨ। ਆਪਾਂ ਤਾਂ ਧੌਣ ਚੋਂ ਕੀਲਾ ਕੱਢਣ ਵਾਲੇ ਇਨਸਾਨ ਆ, ਆਪਾਂ ਦਬਣ ਵਾਲੇ ਇਨਸਾਨ ਨਹੀਂ। ਭਾਵੇਂ ਇਕੱਲੇ ਰਹਿ ਜਾਈਏ ਪਰ ਐਂਡ ਤੱਕ ਲੜਾਂਗੇ, ਲੜਾਈ ਪੰਜਾਬ ਦੇ ਲਈ ਲੜਨੀ ਜ਼ਰੂਰੀ ਹੈ। ਆਹ ਦੇਖ ਲਿਓ, ਜਿਹੜੇ ਪਹਿਲਾਂ ਬਾਦਲਾਂ ਨੂੰ ਤੇ ਕਾਂਗਰਸੀਆਂ ਨੂੰ ਕਹਿੰਦੇ ਹੁੰਦੇ ਸੀ, ਉਹ ਜ਼ਰੂਰ ਸੁਣ ਲਿਓ। ਇਹ ਸੁਣੀ ਲਿਆ ਹੋਣਾ ਤੁਸੀਂ ਨੇ ਤੇ ਦੇਖ ਵੀ ਲਿਆ ਹੋਣਾ ਬਹੁਤ ਲੋਕਾਂ ਨੇ ਕਿ ਇਹ ਕੀ ਕੁਛ ਹੋ ਰਿਹਾ। ਵੈਸੇ ਪਹਿਲਾਂ ਵੀ ਸਾਡੇ ਨਾਲ ਬਹੁਤ ਕੁਛ ਹੋਇਆ, ਬੋਲਣ ਵੇਲੇ ਨਹੀਂ ਬੋਲੇ ਭਗਤ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਅਟੈਕ ਕੀਤਾ, ਡਿਬਰੂਗੜ੍ਹ ਭੇਜੇ ਗਏ, NSA ਲਾਇਆ, ਸਿੱਖੀ ਨਾਲ ਅੱਡਾ ਲਾਇਆ, ਉਦੋਂ ਨੀ ਆਪਾਂ ਤਾਂ ਬੋਲੇ ਤੇ ਹੁਣ ਤਾਂ ਬੋਲਣੀ ਕੀ ਹੈ। ਸਾਡੀ ਤਾਂ ਜ਼ਮੀਰਾਂ ਉਦੋਂ ਨੀ ਜਾਗੀਆਂ ਸੀ ਜਦੋਂ ਕਾਂਗਰਸ ਨੇ ਅਟੈਕ ਕਰਵਾਏ ਸੀ 84 ਦੇ ਵਿੱਚ। ਅਸੀਂ ਤਾਂ ਉਦੋਂ ਬਾਅਦ ਉਹਨਾਂ ਦੀਆਂ ਸਰਕਾਰਾਂ ਬਣਾਤੀਆਂ ਸੀ। ਸਾਡੀ ਜ਼ਮੀਰ ਤਾਂ ਉਦੋਂ ਨੀ ਜਾਗੀ ਸੀ ਜਦੋਂ 91-92 ਚ ਬਿਆਂਤੇ ਨੇ ਕਿਵੇਂ ਸਾਡੇ ਨੌਜਵਾਨਾਂ ਦੇ ਨਹਿਰਾਂ ਤੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਸੀ। ਸਾਡੀ ਜ਼ਮੀਰ ਤਾਂ ਉਦੋਂ ਨੀ ਜਾਗੀ ਸੀ ਜਦੋਂ ਬਾਦਲ ਕਿਆਂ ਨੇ ਬੇਅਦਬੀ ਕਰਵਾਈ, ਬੇਅਦਬੀ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ MP ਬਣਾਤਾ ਸੀ। ਕਿਉਂਕਿ ਸਾਨੂੰ ਭਗਤੀ ਦੀ ਆਦਤ ਪੈ ਗਈ ਹੈ ਪੰਜਾਬੀਆਂ ਨੂੰ, ਅਸੀਂ ਕੌਲੀ ਚੱਟ ਜ਼ਿਆਦੇ ਬਣ ਗਿਆਂਗੇ। ਅਸੀਂ ਸਿਰਫ ਫੋਕੀਆਂ ਚੌਧਰਾਂ ਦੇ ਲਈ, ਅਸੀਂ ਫੋਕੇ ਸਲੂਟਾਂ ਦੇ ਲਈ, ਸਾਡੀ ਪੁਲਿਸ ਦੇ ਵਿੱਚ ਮਾੜੀ ਜਿਹੀ ਜਾਣ ਪਹਿਚਾਣ ਹੋ ਜੇ, ਸਾਡੇ ਮਾੜੇ ਜਿਹੇ ਸਲੂਟ ਵੱਜਣ ਲੱਗ ਜਾਣ ਤੇ ਸਾਡੀ ਮੰਤਰੀ ਨਾਲ ਗੱਲ ਹੋ ਜੇ, ਬਸ ਇੰਨੇ ਕੁ ਲਿਆ। ਅਸੀਂ ਫੋਕੀ ਚੌਧਰਾਂ ਵਾਲੇ ਲੋਕ ਹਾਂ, ਫੋਕੀ ਵਾਹ ਵਾਹ ਖੱਟਣ ਵਾਲੇ ਲੋਕ ਹਾਂ, ਬੋਲਣ ਵਾਲੇ ਅਸੀਂ ਹੈ ਨਹੀਂ ਕਿਉਂਕਿ ਲੱਤਾਂ 'ਚ ਦਮ ਹੈ ਨਹੀਂ। ਬਹੁਤ ਇੱਦਾਂ ਦੇ ਲੋਕ ਨੇ, MLA ਆ ਜਿਹੜੇ ਅੰਮ੍ਰਿਤਧਾਰੀ ਨੇ ਆਮ ਆਦਮੀ ਪਾਰਟੀ 'ਚ, ਅੱਜ ਕਿਉਂ ਨਹੀਂ ਜ਼ਮੀਰ ਜਾਗਦੀ, ਅੱਜ ਕਿਉਂ ਨਹੀਂ ਭਗਵੰਤ ਮਾਨ ਨੂੰ ਕਹਿ ਸਕਦੇ ਕਿ ਜਿੱਥੇ ਗੁਰਬਾਣੀ ਸੁਣਦੇ ਸੀ ਜਿਹੜੀਆਂ ਸਕਰੀਨਾਂ ਤੇ ਲੋਕ, ਅੱਜ ਸਤੌਜ ਵਾਲੇ ਮਹਾਰਾਜ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਨੇ, ਅੱਜ ਕਿਉਂ ਨਹੀਂ ਜ਼ਮੀਰ ਜਾਗਦੀ ਬਈ। ਬਾਦਲਾਂ ਵਾਲੀ ਤਾਂ ਬੜਾ ਪਿੜਦੇ ਸੀ, ਬਾਦਲਾਂ ਨੇ ਐਂ ਕਰਤਾ ਜੀ, ਅਸੀਂ ਤਬਾਹ ਕਰਤੇ ਜੀ, ਅਸੀਂ ਮਾਰਤੇ ਜੀ, ਇਹ ਸਿੱਖੀ ਦੇ ਦੁਸ਼ਮਣ ਨੇ ਜੀ, ਇਹਨਾਂ ਨੇ ਖਾਕੀ ਨੀਕਰਾਂ ਪਾਈਆਂ ਨੇ ਜੀ, ਇਹਨਾਂ ਨੇ ਬੇੜਾ ਗਰਕ ਕਰਤਾ ਜੀ। ਤੇ ਮੈਂ ਹੁਣ ਇਨਕਲਾਬੀਆਂ ਨੂੰ ਪੁੱਛਦਾ ਕਿ ਹੁਣ ਬੇੜਾ ਗਰਕ ਹੋ ਨਹੀਂ ਰਿਹਾ? ਹੁਣ ਸਿੱਖੀ ਤੇ ਹਮਲੇ ਹੁਣ ਹਟ ਗਏ? ਹੁਣ ਬੇਅਦਬੀ ਦਾ ਇਨਸਾਫ ਮਿਲ ਗਿਆ? ਹੁਣ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ? ਕੀ ਫਾਇਦਾ ਯਾਰ 4 ਵਜੇ ਉੱਠ ਕੇ ਪਾਠ ਕਰਨ ਦਾ? ਕੀ ਫਾਇਦਾ ਹੈ ਅੰਮ੍ਰਿਤ ਛਕ ਕੇ ਦਾੜੀਆਂ ਵਧਾਉਣ ਦਾ? ਆ ਜਿਹੜੇ MLA ਇਹਨਾਂ ਦੇ ਹੈਗੇ ਆ, ਫਿਰਦੇ ਆ ਵਿੱਚ ਹੀ ਫਿਰੀ ਜਾਂਦੇ ਆ, ਝੂਠੀਆਂ ਸੌਹਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖਾ ਗਏ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਝੂਠੀ ਸੌਂਹ ਖਾ ਕੇ ਇਹ ਸੰਧਵਾਂ ਮੁੱਕਰਿਆ ਹੋਇਆ। ਜਿਹੜਾ ਅੰਮ੍ਰਿਤਧਾਰੀ ਕਹਾਉਂਦਾ ਆਪਦੇ ਆਪ ਨੂੰ ਬਹੁਤ ਵੱਡਾ। ਜਦੋਂ ਤੁਸੀਂ ਆਪਣੇ ਪਿਓ ਲਈ, ਆਪਣੇ ਬਾਪ ਲਈ, ਗੁਰੂ ਗ੍ਰੰਥ ਸਾਹਿਬ ਜੀ ਲਈ ਇਹਨਾਂ ਬਾਦਲਾਂ ਨੂੰ ਨਹੀਂ ਛੱਡ ਸਕੇ, ਤੇ ਹੁਣ ਤਾਂ ਆ ਝਾੜੂ ਭਗਤਾਂ ਨੇ ਤਾਂ ਛੱਡਣੀ ਕੀ ਹੈ ਝਾੜੂ ਨੂੰ? ਜਾਂ ਤਾਂ ਬੰਦਾ ਉਹ ਹੋਵੇ ਕਿ ਜਾਂ ਤਾਂ ਸੰਧਵੇਂ ਅਰਗੇ ਆ, ਪੰਡੋਰੀ ਅਰਗੇ, ਜਿਹਨੇ ਵੀ ਅੰਮ੍ਰਿਤਧਾਰੀ MLA ਨੇ, ਜਾਂ ਤਾਂ ਇਹਨਾਂ 'ਚ ਉਹ ਹੋਵੇ ਵੀ ਅਸੀਂ ਤਾਂ ਜੀ ਬਾਦਲਾਂ ਵੇਲੇ ਬਿਲਕੁਲ ਹੀ ਨਹੀਂ ਬੋਲੇ, ਅਸੀਂ ਤਾਂ ਜੀ ਚੁੱਪ ਚਪੀਤੇ ਦੇਖ ਰਹੇ ਸੀ, ਅਸੀਂ ਤਾਂ ਕੋਈ ਨੁਕਸ ਹੀ ਨਹੀਂ ਕੱਢੇ ਜੀ, ਅਸੀਂ ਤਾਂ ਕਿਸੇ ਨੂੰ ਚੂ ਨਹੀਂ ਕਿਹਾ ਜੀ ਵੀ ਤੂੰ ਐਂ ਕਰਦਾ ਤੂੰ ਐਂ ਕਰਦਾ। ਪਰ ਭਰਾਵੋ ਵਾਰੀ ਅੱਜ ਤੁਹਾਡੀ ਆ ਗਈ ਹੈ, ਅੱਜ ਤੁਸੀਂ ਫਿਰ ਕਿਹੜੀ ਕਤਾਰ 'ਚ ਖੜ ਗਏ ਹੋ, ਜਾਂ ਫਿਰ ਜ਼ਮੀਰਾਂ ਮਰ ਗਈਆਂ ਨੇ ਕੌਲੀ ਚੱਟ ਬਣ ਗਏ ਭਗਵੰਤ ਮਾਨ ਦੇ? ਅੱਜ ਕਿਉਂ ਨਹੀਂ ਮੂੰਹ ਖੁੱਲਿਆ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਤੇ NSA ਨਹੀਂ ਲੱਗਣੀ ਚਾਹੀਦੀ ਸੀ? ਅੱਜ ਕਿਉਂ ਨਹੀਂ ਮੂੰਹ ਖੁੱਲਿਆ ਕਿ ਸਰਦਾਰ ਪਰਵਿੰਦਰ ਸਿੰਘ ਝੋਟੇ ਨੂੰ ਜੇਲ੍ਹ 'ਚ ਨਹੀਂ ਭੇਜਣਾ ਚਾਹੀਦਾ ਸੀ? ਕਿਉਂ ਨਹੀਂ ਮੂੰਹ ਖੁੱਲਿਆ
कि धक्के नाल उस जनानी तो झोटे ते परचा कराया, जिहड़ी पुलिस ने परचा कराया उते परचे क्यों नहीं दित्ते जांदे। अज क्यों नहीं मुंह खुल रहा कि दरबार साहब दे बाहर जिहड़ियां स्क्रीनां ने उन्हां ते हस्तौज वाला महाराज आ रहा जिथे गुरबाणी आउंदी हुंदी सी, अज किथे ने जमीरां? अज जिहड़े कहिंदे हुंदे सी इह तां बादलां दे भगत है जी, इन्हां दीआं जमीरां मर गईआं जी, इह तां बोलदे नहीं जी, ते अज आपां क्यों नहीं बोल रहे बई? फिर अज बादलां दे भगत तुहानूं कहिणगे वी हुण अपनी वारी तुसीं किधर गए? जिवें फिर बादलां दे मगर दुनिया लगी सी ते उवें अजकल भगवंत मान दे मगर दुनिया लग गई है यार। भुल गए सिखी नूं, भुल गए गुरु ग्रंथ साहिब जी दे सत्कार नूं, भुल गए भाई अमृतपाल सिंह खालसा ते लगी NSA नूं, भुल गए परविंदर सिंह झोटे ते गलत तरीके नाल कराए परचियां नूं, भुल गए नौजवानां ਨੂੰ ਚੰਗੀ ਸੇਧ ਦੇਣ ਵਾਲੇ ਉਹਨਾਂ ਭਰਾਵਾਂ ਤੇ ਕੀਤੇ ਚਿੱਟੇ ਦੇ ਝੂਠੇ ਪਰਚੇ ਜਿਵੇਂ ਬਾਈ ਲੱਖੇ ਸਿਧਾਣੇ ਤੇ ਪਾਇਆ ਸੀ, ਬਾਅਦ ਦੇ ਵਿੱਚ ਫਿਰ ਵਾਪਸ ਵੀ ਲੈ ਲਿਆ ਸੀ। ਇੰਨੀ ਜਲਦੀ ਕਿਉਂ ਭੁੱਲ ਜਾਂਦੇ ਹਾਂ ਪੰਜਾਬੀਓ? ਆਪਾਂ ਇੰਨੀ ਜਲਦੀ ਕਿਉਂ ਭੁੱਲ ਜਾਂਦੇ ਹਾਂ? ਓਏ ਸ਼ਰਮ ਕਰੋ, ਓਏ ਸ਼ਰਮ। ਓਏ ਪਹਿਲਾਂ ਉਸੇ ਕਾਂਗਰਸ ਨੂੰ ਜਿਤਾਉਂਦੇ ਰਹੇ ਓਏ, ਜਿਹੜੀ ਕਾਂਗਰਸ ਨੇ ਸਾਡੇ ਕਾਲ ਤੱਕ ਸਭ ਢਾਏ, ਉਹ ਜਿਹੜੀ ਕਾਂਗਰਸ ਨੇ ਸਾਡੀਆਂ ਭੈਣਾਂ ਦੇ ਗੁਪਤੰਗਾਂ ਚ ਮਿਰਚਾਂ ਪਾ ਪਾ ਕੇ ਤਸੀਹੇ ਦਿੱਤੇ, ਦਿੱਲੀ ਦੇ ਵਿੱਚ ਸਾਡੀਆਂ ਭੈਣਾਂ ਦੀ ਬੇਪੱਤੀ ਹੋਈ, ਬਲਾਤਕਾਰ ਹੋਏ, ਪੰਜਾਬ ਦੇ ਵਿੱਚ ਇਹ ਕਹਿ ਕੇ ਮਾਰ ਦਿੰਦੇ ਸੀ, ਝੂਠੇ ਮੁਕਾਬਲੇ ਬਣਾ ਕੇ ਮਾਰ ਦਿੰਦੇ ਸੀ ਕਿ ਇਹ ਸਿੱਖਿਆ ਨੂੰ ਮਾਰ ਦਿਓ। ਭੁੱਲ ਬੜੀ ਛੇਤੀ ਜਾਂਦੇ ਹੋ ਯਾਰ। ਬਸ ਆ ਆਉਂਦਾ ਪੋਸਟ ਪਾਤੀ ਜੀ, ਕਿਸੇ ਨੇ ਚੱਕੋ IT ਸੈੱਲ ਚ ਡੇਗੋ ਤੇ ਕਮੈਂਟ ਮਾਰੋ, ਬਸ ਇੱਥੇ ਤੱਕ ਕੰਮ ਰਹਿ ਗਿਆ। ਹੋਰ ਤਾਂ ਆ ਜ਼ਮੀਰਾਂ ਵੀ ਮਰ ਗਈਆਂ, ਕੌਲੀ ਚੱਟ ਬਣ ਗਏ, ਹੁਣ ਮੀਡੀਆ ਕਿੱਧਰ ਹੈ ਬਈ? ਹੁਣ ਮੀਡੀਆ ਕਿਉਂ ਨਹੀਂ ਦਿਖਾ ਰਿਹਾ ਕਿ ਇਹ ਗਲਤ ਹੋ ਰਿਹਾ? ਕੌਲੀ ਚੱਟ ਮੀਡੀਆ ਝੋਟੇ ਦੇ ਹੱਕ ਚ ਕਿਉਂ ਨਹੀਂ ਆਇਆ? ਜਿਹੜਾ ਕੌਲੀ ਚੱਟ ਹੈ, ਜਿਹੜਾ ਚੰਗਾ ਮੀਡੀਆ ਸੀ ਉਹ ਆਇਆ ਸੀ ਸਾਰਾ, ਆ ਜਿਹੜੇ ਕੌਲੀ ਚੱਟ ਜਿਹੜੇ ਬਣੇ ਕਿਸਾਨ ਅੰਦੋਲਨ ਚੋਂ ਸੀ, ਤੇ ਹੁਣ ਕਿਸਾਨਾਂ ਦੀਆਂ ਗੱਲਾਂ ਕਿਉਂ ਨਹੀਂ ਬਈ ਕਰਦੇ? ਹੁਣ ਭਗਵੰਤ ਮਾਨ ਕਿਉਂ ਨਹੀਂ ਕਹਿੰਦਾ ਵੀ ਮੀਡੀਆ ਆਜ਼ਾਦ ਹੈ? ਹੁਣ ਕਿਉਂ ਵਾਰ ਵਾਰ ਚੈਨਲ ਬੰਦ ਕੀਤੇ ਜਾਂਦੇ ਆ? ਉਹ ਹੈਗੇ ਅਜੇ ਵੀ ਜਾਗਦੇ ਆ ਜ਼ਮੀਨ ਵਾਲੇ, ਨਮਰੀਤ ਅਰਗੇ, ਥਲੀ ਅਰਗੇ, ਉਹ ਮੁੰਡੇ RMPTV ਵਾਲੇ, ਲੋਕ ਆਵਾਜ਼ ਵਾਲੇ ਹੈਗੇ ਜਿਹੜੇ ਕਹਿੰਦੇ ਆ ਵੀ ਧੌਣ ਦਾ ਮਣਕਾ ਟੁੱਟ ਵਸਕਦੀ ਜਾਵੇ ਪਰ ਝੁਕਦਾ ਨਹੀਂ, ਹੈਗੇ ਹਜੇ ਵੀ ਜਿਉਂਦੇ ਵਸਦੇ ਰਹਿਣ। ਮੈਂ ਲੋਕਾਂ ਨੂੰ ਵੀ ਕਹਿਣਾ ਕਿ ਆ ਦੂਜੇ ਕੌਲੀ ਚੱਟ ਮੀਡੀਆ ਦਾ, ਭਗਵੰਤ ਵਾਲੇ ਮੀਡੀਆ ਦਾ ਬਾਈਕਾਟ ਕਰੋ। ਆ ਦੂਜਾ ਮੀਡੀਆ ਜਿਹੜਾ ਸੱਚ ਦਿਖਾਉਂਦਾ, ਜਿਹੜਾ ਹਰ ਜਗ੍ਹਾ ਪਹੁੰਚਦਾ, ਲੋਕਾਂ ਨਾਲ ਹੁੰਦੇ ਧੱਕੇ ਨੂੰ ਦਿਖਾਉਂਦਾ, ਉਹਨੂੰ ਸੁਣ ਲਿਆ ਕਰੋ ਬਾਈ ਵੱਧ ਤੋਂ ਵੱਧ। ਪਰ ਸਾਡੀ ਆਦਤ ਮਾੜੀ ਹੁੰਦੀ ਜਾਂਦੀ ਹੈ, ਅਸੀਂ ਸੁਣਦੇ ਉਹਨਾਂ ਨੂੰ ਆ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਆ, ਅਸੀਂ ਫੋਲੋ ਉਹਨਾਂ ਨੂੰ ਕਰਦੇ ਹਾਂ ਜਿਹੜੇ ਆਹ ਸਰਕਾਰ ਦਾ ਦਿਖਾਉਂਦੇ ਆ ਚੰਤਰ ਜੰਤਰ ਸਾਰਾ। ਪਰ ਪੰਜਾਬ ਦੇ ਲੋਕ ਅਣਖ ਵਾਲੇ ਆ, ਜਿਗਰੇ ਵਾਲੇ ਆ, ਥੋੜਾ ਹਿੱਸਾ ਰਹਿ ਗਿਆ, ਪਰ ਬਹੁਤਾ ਹਿੱਸਾ ਕੌਲੀ ਚੱਟ ਬਣ ਗਿਆ, ਬਹੁਤਾ ਹਿੱਸਾ ਇਸੇ ਕਰਕੇ ਸਰਕਾਰਾਂ ਦਾ ਸਾਥ ਦੇ ਜਾਂਦਾ ਕਿ ਇਹ ਪਾਵਰ ਚ ਨੇ, ਅਸੀਂ ਕੰਮ ਲੈਣੇ ਆ ਜੀ, ਸਾਡੇ ਬਿਜ਼ਨਸ ਨਾ ਖੜ ਜਾਣ ਜੀ, ਇਸੇ ਕਰਕੇ ਪਾਵਰ ਨੂੰ ਦੇਖ ਕੇ ਉਧਰ ਹੀ ਪਲਟੀ ਮਾਰ ਜਾਂਦੇ ਆ। ਏਦਾਂ ਦੇ ਲੋਕ ਵੀ ਹੈਗੇ ਆ, ਉਹ ਲੋਕ ਵੀ ਹੈਗੇ ਆ ਜਿਹੜੇ ਫੋਕੀ ਚੌਧਰ ਦੀ ਲਈ ਸਾਡੀ SHO ਨਾਲ ਗੱਲ ਹੋ ਜੇ ਜੀ, ਸਾਡੇ ਮਾੜਾ ਜਿਹਾ ਫੋਨ ਸੁਣਿਆ ਜਾਵੇ ਜੀ, ਅਸੀਂ ਮਾੜਾ ਜਿਹਾ ਕੰਮ ਕਰਾ ਦਈਏ, ਚੌਧਰੀ ਜਿਹੇ ਨਹੀਂ ਬਣੇ ਹੁੰਦੇ ਵੀ ਚੌਧਰ ਜੀ ਖਾਤਰ, ਉਹ ਵੀ ਹੈਗੇ ਆ ਜਿਹਨਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਕੰਮ ਲੈਣ ਦੀ ਖਾਤਰ, ਉਹਨਾਂ ਦਾ ਸਾਰੀਆਂ ਸਰਕਾਰਾਂ 'ਚ ਹੀ ਹੱਥ ਹੁੰਦਾ, ਏਦਾਂ ਦੇ ਲੋਕ ਵੀ ਹੈਗੇ ਆ। ਪਰ ਜਾਗਦੀਆਂ ਜ਼ਮੀਰਾਂ ਵਾਲੇ ਘੱਟ ਆ, ਜਿਹੜੇ ਬਾਂਹ ਫੜ ਕੇ ਕਹਿ ਦਿਓ ਤੁਸੀਂ ਇੱਥੇ ਗਲਤ ਹੋ, ਓਏ ਤੁਸੀਂ ਇੱਥੇ ਸਹੀ ਹੋ, ਤੁਸੀਂ ਇੱਥੇ ਗਲਤ ਹੋ, ਇਹ ਜਾਗਦੀਆਂ ਜ਼ਮੀਰਾਂ ਵਾਲੀ ਕਹਿ ਸਕਦੇ ਆ। ਪਰ ਪੰਜਾਬ ਦੇ ਲੋਕੋ, ਬਚਾ ਲਓ ਪੰਜਾਬ ਨੂੰ ਜੇ ਬਚਾ ਹੁੰਦਾ। ਕਿੰਨੀ ਭੈੜੀ ਨੀਤੀ ਖੇਡੀ ਜਾ ਰਹੀ ਆ, ਉਹ ਚਿੱਟਾ ਰੋਕਣ ਵਾਲੇ ਅੱਜ ਜੇਲ੍ਹ 'ਚ ਬੈਠੇ ਆ, ਓਏ ਉਹ ਚਿੱਟਾ ਵੇਚਣ ਵਾਲੇ ਸ਼ਰੇਆਮ ਘੁੰਮ ਰਹੇ ਨੇ, ਓਏ ਅੰਮ੍ਰਿਤ ਛਕਾਉਣ ਵਾਲੇ ਅੱਜ ਜੇਲ੍ਹ 'ਚ ਬੈਠੇ ਆ, ਸਿੱਖੀ ਤੇ ਜੋ ਕਲੰਕ ਬਣੇ ਹੋਏ ਆ ਉਹ ਲੋਕ ਸ਼ਰੇਆਮ ਘੁੰਮ ਰਹੇ ਆ। ਉਹ ਲੁਧਿਆਣੇ ਵਾਲੇ ਗੰਜੇ ਮੰਜੇ 'ਚ ਹੋਇਆ ਕਿਤੇ ਪਰਚਾ? ਜਿਹੜੇ ਸ਼ਰੇਆਮ ਸਾਡੇ ਸਿੰਘਾਂ ਦੀਆਂ ਤਸਵੀਰਾਂ ਪੈਰਾਂ 'ਚ ਲਤੜਦੇ ਆ, ਕੀਤਾ ਕਿਤੇ ਸਰਕਾਰ ਨੇ ਪਰਚਾ? ਹੋਇਆ ਮੂੰਹ ਭਗਵੰਤ ਮਾਨ ਦਾ ਉੱਧਰ ਨੂੰ? ਨਹੀਂ ਹੋਊਗਾ, ਕਿਉਂਕਿ ਅਗਲੇ ਨੇ ਵੋਟਾਂ ਲੈਣੀਆਂ ਨੇ ਨਾ, ਧਰਮਾਂ ਦਾ ਪੱਤਾ ਖੇਡਦਾ ਨਾ ਅਗਲਾ। ਅਸੀਂ ਤਾਂ ਸਾਡੇ ਵਾਲੇ ਤਾਂ ਬੌਲੇ ਲੋਕ ਨੇ, ਜਿਹੜੇ ਸਾਡੀ
ਸਾਡੀ ਕੌਮ ਹੈ, ਸਾਡੀ ਕੌਮ ਕੱਲੀ ਬਸ ਲੈਟ ਤੇ ਡੁੱਲ ਗਈ। ਉਹ ਸਾਨੂੰ 2 ਘੰਟੇ ਲੈਟ, 3 ਘੰਟੇ ਲੈਟ ਵੱਧਦਾ ਆ ਗਈ, ਬਸ ਠੀਕ ਹੈ। ਅੰਮ੍ਰਿਤਪਾਲ ਨੂੰ ਤਮਾਕੂ ਖਵਾਇਆ ਜਾਵੇ ਕੋਈ ਚੱਕਰ ਨਹੀਂ, ਅੰਮ੍ਰਿਤਪਾਲ ਕਿਸੇ ਵੀ ਜੇਲ੍ਹ 'ਚ ਹੋਵੇ ਕੋਈ ਚੱਕਰ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਕੋਈ ਚੱਕਰ ਨਹੀਂ, ਝੋਟਾ ਕਿਹੜੀ ਮਰਜ਼ੀ ਜੇਲ੍ਹ 'ਚ ਹੋ ਜਾਵੇ ਕੋਈ ਚੱਕਰ ਨਹੀਂ, ਮੂਸੇ ਵਾਲੇ ਨੂੰ ਇਨਸਾਫ ਨਾ ਮਿਲੇ ਕੋਈ ਚੱਕਰ ਨਹੀਂ, 2 ਘੰਟੇ ਲੈਟ ਆ ਗਈ, ਬਸ ਗੱਲ ਖਤਮ। ਉਹ ਕਦੋਂ ਜਾਗੋਗੇ, ਕਦੋਂ ਕਦੋਂ ਜ਼ਮੀਰਾਂ ਜਾਗਣਗੀਆਂ ਯਾਰ, ਕਦੋਂ ਵੱਡੇ ਕਾਫਲੇ ਪਿੰਡਾਂ 'ਚੋਂ ਬਣ ਕੇ ਜਾਇਆ ਕਰਨਗੇ ਯਾਰ, ਫਲਾਣਾ ਬੰਦਾ ਚਿੱਟੇ ਨੂੰ ਰੋਕਦਾ ਸੀ, ਚਲੋ ਚੱਲੀਏ ਇਕੱਠੇ ਹੋ ਕੇ, ਪਰ ਨਹੀਂ। ਇਸ ਕਰਕੇ ਪੰਜਾਬ ਦੇ ਲੋਕੋ, ਪਹਿਲਾਂ ਹੀ ਅਸੀਂ ਬਹੁਤ ਪਿੱਛੇ ਰਹਿ ਗਏ ਹਾਂਗੇ, ਅਸੀਂ ਚੰਗੇ ਬੰਦੇ ਦਾ ਸਾਥ ਬਹੁਤ ਘੱਟ ਦਿੰਦੇ ਹਾਂ। ਆਹ ਚੰਗਿਆਂ ਨੂੰ ਚੁਣਿਆ ਸੀ ਇਹਨਾਂ ਨੇ, ਕਰਤੂਤਾਂ ਦਿਖਾਤੀਆਂ ਨੇ ਆਪਦੀਆਂ, ਕੋਈ ਏਸੀ ਦੱਬੀ ਬੈਠੀ ਹੈ ਬੀਬੀ, ਕੋਈ ਕੋਠੀ ਦੱਬੀ ਬੈਠੀ ਹੈ, ਕੋਈ ਚੰਡੀਗੜ੍ਹ 'ਚ ਪੁਲਿਸਾਂ ਦੇ ਨਾਲ ਲੜੀ ਜਾਂਦਾ, ਕੋਈ ਅੰਦਰ ਬੁਲਾ ਕੇ ਲਫੇੜੇ ਮਾਰੀ ਜਾਂਦਾ, ਦੇਖ ਲਓ ਕਰਤੂਤਾਂ। ਜੇ MLA ਹੋ ਤਾਂ ਕੋਈ ਰੱਬ ਥੋੜੀ ਹੋ ਗਏ ਹੋ ਕਿ ਚੰਡੀਗੜ੍ਹਾਂ 'ਚ ਵੀ ਜਾ ਕੇ ਤੁਹਾਡੀ ਇਹ ਚੱਲੂਗੀ, ਕਿ ਕੋਠੀਆਂ ਵੀ ਤੁਸੀਂ ਦੱਬੋਗੇ, ਕਬਜ਼ੇ ਵੀ ਤੁਸੀਂ ਕਰੋਗੇ, ਬਲਾਤਕਾਰ ਲੇਡੀਜ਼ਾਂ ਨਾਲ ਸੁਣੇ ਸੀ ਮੁੰਡਿਆਂ ਨਾਲ ਵੀ ਕਟਾਰੂ ਚੱਕ ਕਰਕੇ ਕਰੀ ਜਾਂਦੇ ਆ, ਕਿੱਧਰ ਨੂੰ ਤੁਰ ਪਿਆ ਰਾਹ, ਇਹ ਤਾਂ ਪਹਿਲੀ ਵਾਰੀ ਸੁਣਿਆ ਕਿ ਐਵੇਂ ਹੋਊਗਾ। ਮੰਤਰੀ ਨੂੰ ਮੁੱਖ ਮੰਤਰੀ ਕਹੀ ਜਾਂਦੇ ਆ, ਬਹੁਤ MLA ਆ ਜਿਹੜੇ ਇਹਨਾਂ ਦੇ। ਇਸ ਕਰਕੇ ਸੋਚੋ ਬਾਈ ਕਿੱਧਰ ਨੂੰ ਕਹਾਣੀ ਜਾ ਰਹੀ ਹੈ, ਕਿਵੇਂ ਸਾਡੇ ਮੁੰਡੇ ਨਸ਼ੇ ਨਾਲ ਮਰ ਰਹੇ ਨੇ, ਕਿਵੇਂ ਅੱਜ ਸਾਡੇ ਮੁੰਡਿਆਂ 'ਚ ਬੱਚਾ ਪੈਦਾ ਕਰਨ ਵਾਲੇ ਸਕਰਾਂ ਨੂੰ ਖਤਮ ਕੀਤੇ ਜਾ ਰਹੇ ਨੇ, ਬੜੀ ਭੈੜੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਧਰੋਂ ਟਿਊਬ ਸੈਂਟਰ ਜੇ ਖੁੱਲ੍ਹ ਗਏ, ਜਿਹੜੇ ਮਤਲਬ ਸਾਡੀਆਂ ਭੈਣਾਂ ਦੇ ਆ ਕੋਖਾਂ ਦੇ ਵਿੱਚ ਆਂਡੇ ਧਰੇ ਜਾਂਦੇ ਆ, ਉਹਨਾਂ ਦੇ ਵਿੱਚ ਜਿਹੜਾ ਸਕਰਾਂ ਨੂੰ ਵੀਰਜ ਹੁੰਦਾ ਉਹ ਇਹ ਨਹੀਂ ਪਤਾ ਵੀ ਸਾਨੂੰ ਕਿਹਦਾ, ਉਹ ਵੀਰਜ ਕਿਸੇ ਬਾਹਰਲਿਆਂ ਦਾ ਹੋਣਾ, ਫਿਰ ਇੱਥੇ ਹਰੀ ਸਿੰਘ ਨਲੂਏ ਪੈਦਾ ਨਹੀਂ ਹੋਣੇ ਬਾਈ। ਬੜੀ ਭੈੜੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਬਹੁਤ ਭੈੜੀ। ਇਸ ਕਰਕੇ ਸਮਝੋ ਕਹਾਣੀ ਨੂੰ, ਜਿਹੜਾ ਵਰਤਾਰਾ ਵਾਪਰ ਰਿਹਾ ਸਾਡੇ ਨਾਲ, ਇਹਨੂੰ ਸਮਝਣ ਦੀ ਲੋੜ ਹੈ ਤੇ ਸਮਝ ਕੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਕਰਕੇ ਕੂਕਦੇ ਫਿਰਦੇ ਆ ਬਾਈ ਕਿ ਸਮਝੋ ਯਾਰ, ਸਮਝਣ ਦੀ ਲੋੜ ਆ। ਅੱਜ ਜੇਕਰ ਕੋਈ ਮੰਤਰੀ MLA ਆਉਂਦਾ ਤਾਂ ਖੜਾ ਕੇ ਸਵਾਲ ਪੁੱਛੋ ਕਿ ਅਸੀਂ ਆਹ ਕੰਮ ਲਈ ਚੁਣਿਆ ਸੀ, ਆਹ ਕੰਮ ਸਾਡੇ ਹੋਇਆ ਜਾਂ ਨਹੀਂ ਹੋਏ, ਇੱਥੇ ਤੁਸੀਂ ਗਲਤ ਸੀ ਜਾਂ ਸਹੀ ਸੀ, ਇਹ ਕੰਮ ਕਹੋ। ਇਹਨਾਂ ਦੇ ਕੌਲੀ ਚੱਟ ਨਾ ਬਣੋ, ਇਹਨਾਂ ਦੇ ਚਮਚੇ ਨਾ ਬਣੋ, ਮੈਂ ਬਾਰ ਬਾਰ ਹੱਥ ਜੋੜ ਕੇ ਅਪੀਲ ਕਰਦਾ। ਆ ਜਿਹੜੇ ਅੰਮ੍ਰਿਤਧਾਰੀ MLA ਨੇ, ਇਹਨਾਂ ਨੂੰ ਕਹਿਣਾ ਕਿ ਜਗਾ ਲਓ ਜ਼ਮੀਰ ਯਾਰ, ਹੁਣ ਤਾਂ ਜਾਗ ਜੂਗੀ, ਦੇ ਦਿਓ ਅਸਤੀਫੇ ਕਿ ਜਦੋਂ ਤੱਕ ਬੇਅਦਬੀ ਦਾ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਤੁਹਾਡੀ ਪਾਰਟੀ 'ਚ ਕੰਮ ਕਰਦੇ, ਜਦੋਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਾਡੇ ਸਿੱਖ ਭਰਾ ਨੂੰ ਨਹੀਂ ਛੱਡਦੇ ਅਸੀਂ ਨਹੀਂ ਤੁਹਾਡੀ ਚਮਚਾਗਿਰੀ ਕਰਦੇ। ਕਿੰਨੇ MLA ਨੇ ਜਿਹੜੇ ਅੰਮ੍ਰਿਤਧਾਰੀ ਨੇ, ਹੁਣ ਕਿਉਂ ਨਹੀਂ ਦਿੰਦੇ ਅਸਤੀਫੇ? ਉਹ ਤਾਂ ਬੜੇ ਕਹਿੰਦੇ ਹੁੰਦੇ ਸੀ ਜੀ ਇਹ ਅੰਮ੍ਰਿਤਧਾਰੀ ਜੀ, ਇਹ ਗਾਤਰੇ ਪਾ ਕੇ ਜੀ, ਇਹ ਅਖੌਤੀ ਸਿੱਖ ਨੇ ਜੀ ਜਿਹੜੇ ਬਾਦਲਾਂ ਦਾ ਸਾਥ ਦਿੰਦੇ ਆ ਜੀ। ਹੁਣ ਜਿਹੜੇ MLA ਭਗਵੰਤ ਮਾਨ ਨਾਲ ਲੱਗੇ ਹੋਏ ਆ, ਕੀ ਹੁਣ ਅਖੌਤੀ ਇਨਕਲਾਬੀ ਨਹੀਂ ਹੈਗੇ ਉਹ? ਹੁਣ ਸਿੱਕੀ ਦਾ ਘਾਣ ਹੁਣ ਹਟ ਗਿਆ, ਹੁਣ ਸਿੱਖਾਂ ਦੇ ਮੁੰਡੇ ਆਜ਼ਾਦ ਹੈਗੇ ਆ, ਹੁਣ ਮੀਡੀਆ ਆਜ਼ਾਦ ਹੈਗਾ, ਸੋਸ਼ਲ ਮੀਡੀਆ ਆਜ਼ਾਦ ਹੈਗਾ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਅੰਮ੍ਰਿਤ ਛਕਾਉਣ ਵਾਲੇ ਨੌਜਵਾਨ ਆਜ਼ਾਦ ਹੈਗੇ ਆ। ਪਰ ਸਾਨੂੰ ਕੀ ਲੈਣਾ ਯਾਰ, ਅਸੀਂ ਤਾਂ ਚੌਧਰ ਕਰਨੀ ਹੈ, ਸਾਨੂੰ 4 ਅਫਸਰ ਸਲੂਟ ਮਾਰਨ, ਚਾਹ ਪਿਆਉਣ, ਬੱਲੇ ਬੱਲੇ, ਬਸ ਗੱਲ ਖਤਮ। ਹੋਰ ਤਾਂ ਕੋਈ ਗੱਲ ਹੀ ਨਹੀਂ, ਬਸ ਆਹੀ ਗੱਲਾਂ ਨੇ ਬਾਈ। ਪਰ ਸਮਝਣ ਦੀ ਲੋੜ ਹੈ, ਜਿਹੜਾ ਤਾਂ ਭਰਾ ਕੋਈ ਸਮਝ ਗਿਆ ਉਹ ਤਾਂ ਇਹਨਾਂ ਦੀ ਚਮਚਾਗਿਰੀ ਨਹੀਂ ਕਰਦਾ। ਬਹੁਤ ਬੰਦੇ ਆ ਜਿਹੜੇ ਇਹਨਾਂ ਨੂੰ ਛੱਡ ਛੱਡ ਕੇ ਅੱਜ ਇਹਨਾਂ ਦੇ ਵਿਰੋਧ 'ਚ ਪੋਸਟਾਂ ਪਾ ਰਹੇ ਨੇ, ਜਿਨ੍ਹਾਂ ਦੀਆਂ ਜ਼ਮੀਰਾਂ ਜਾ ਗਈਆਂ। ਬਹੁਤ ਬੰਦੇ ਆ ਝਾੜੂ ਵਾਲੇ, ਇੰਨੇ ਬਹੁਤ ਭਰਾ ਨੇ ਜਿਨ੍ਹਾਂ ਨੇ ਝੋਟੇ ਦੇ ਹੱਕ 'ਚ ਦਾ ਨਾਰਾ ਮਾਰਿਆ, ਉੱਥੇ ਮਿਲੇ ਵੀ ਨੇ ਆ ਕੇ ਵੀ ਯਾਰ ਸਰਕਾਰ ਨਾਲ ਹੋਵਾਂਗੇ, ਹੋਰ ਗੱਲਾਂ ਤੇ ਹੋਵਾਂਗੇ, ਪਰ ਝੋਟੇ ਵਾਲੇ ਮਸਲੇ ਤਾਂ ਅਸੀਂ ਝੋਟੇ ਨਾਲ। ਬਹੁਤ ਏਦਾਂ ਦੇ ਬੰਦੇ ਆ ਜਿਹੜੇ ਕਹਿੰਦੇ ਆ ਵੀ ਸਰਕਾਰ ਨੂੰ ਵੋਟਾਂ ਪਾਈਆਂ ਸੀ, ਅਸੀਂ ਹੋਰ ਕੰਮ ਲੈ ਲਾਂਗੇ, ਪਰ ਅੰਮ੍ਰਿਤਪਾਲ ਵਾਲੇ ਮਸਲੇ ਤੇ ਅਸੀਂ ਸਰਕਾਰ ਦੇ ਵਿਰੁੱਧ ਆ। ਬਹੁਤ ਬੰਦੇ ਆ ਏਦਾਂ ਦੇ, ਪਰ ਜਦੋਂ ਏਦਾਂ ਦੇ ਬੰਦੇ 60% ਜਾਂ 70% ਹੋ ਗਏ, ਫਿਰ ਸਰਕਾਰਾਂ ਦੀਆਂ ਅੱਖਾਂ ਖੁੱਲਣਗੀਆਂ ਕਿ ਇਹ ਭਗਤ ਬਾਨੋਂ ਹਟ ਗਏ ਨੇ, ਇਹਨਾਂ ਦੀਆਂ ਜ਼ਮੀਰਾਂ ਜਾਗ ਗਈਆਂ ਨੇ, ਵੀ ਚੰਗੇ ਕੰਮ ਦੀ ਇਹ ਸਹਾਇਤਾ ਕਰਦੇ ਨੇ, ਮਾੜੇ ਕੰਮ ਤੇ ਸਾਡੇ ਵਿਰੋਧ 'ਚ ਜਾਂਦੇ ਆ, ਫੇਰ ਸਰਕਾਰ ਕੰਮ ਕਰਨ ਲੱਗੂ ਬਾਈ, ਫੇਰ ਸਰਕਾਰ ਦੀਆਂ ਅੱਖਾਂ ਖੁੱਲਣੀਆਂ ਨੇ। ਇਹੀ ਬੇਨਤੀ ਆ ਬਾਈ,
ਜਿਉਂਦੇ ਵਸਦੇ ਰਹੋ। ਸਾਥ ਦੇਣ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਪਹਿਲਾਂ ਵੀ ਕਿਹਾ ਕਿ ਸੱਚ ਹਮੇਸ਼ਾ ਕੌੜਾ ਹੁੰਦਾ ਤੇ ਹਮੇਸ਼ਾ ਹੀ ਸੱਚ ਬੋਲਦੇ ਰਹਾਂਗੇ, ਭਾਵੇਂ ਗਰਦਨ ਕੱਟ ਜੇ ਪਰ ਸੱਚ ਬੋਲਣੋਂ ਨਹੀਂ ਬਾਈ ਹਟਦੇ। ਇਕੱਲੇ ਰਹਿ ਜਾਂਗੇ ਕੋਈ ਗੱਲ ਨਹੀਂ, ਪਰ ਪੰਜਾਬ ਲਈ ਹਮੇਸ਼ਾ ਹੀ ਲੱਗੇ ਰਹਾਂਗੇ। ਜਿੰਨਾ ਜਿੰਦ ਜਾਨ ਲਾ ਕੇ ਪੰਜਾਬ ਲਈ ਕੰਮ ਕਰਦੇ ਰਹਾਂਗੇ। ਜਿਉਂਦੇ ਵਸਦੇ ਰਹੋ ਸਾਰੇ ਭਰਾਵਾਂ ਦਾ ਧੰਨਵਾਦ। ਸਾਥ ਦੇਣ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।